ਸਵੇਰੇ ਬੰਨੇ ਵੱਢ ਕੇ ਹਾਂਜੀ ਆਹ ਚੱਠੀ ਆ ਤੇ ਬਾਹਰੀ ਮਗਰੋਂ ਕੋਨੇ ਪੱਕੇ ਸਾਰੇ ਸਾਨੂੰ ਅੱਗੇ ਵੀ ਇੱਥੇ ਕੋਈ ਫੌਜੀ ਨਜ਼ਰ ਆਇਆ ਕੋਈ ਫੌਜੀ ਕੋਈ ਨਹੀਂ ਆਇਆ ਸਾਨੂੰ ਤਾਂ ਪੁਲਿਸ ਤੇ ਡੀਸੀ ਤੇ फिर इन दस पंद्रह दिन लग जाने मेनू पकड़ नूं और दूसरे पास थोड़ी गऊं मझां ने उत्थे उन्हां दा कौन ध्यान रखूगा कौन उन्हां नूं चारा देऊ कौन उन्हां नूं उत्थे उन्हां दी चवाई करू ਇਹ ਤਾਂ ਸੋਚਦਾ ਨਹੀਂ ਪ੍ਰਕਾਸ਼ ਸਿੰਘ ਸਰ ਸਿਆਸਤ ਵਾਸਤੇ ਬੀਜੇਪੀ ਔਰ ਅਕਾਲੀ ਇਹ ਵਰਤੀ ਜਾਂਦੇ ਨੇ ਔਰ ਲੋਕਾਂ ਦਾ ਨੁਕਸਾਨ ਹੋ ਜਾਏ 1000 ਪਿੰਡ ਬਾਰਡਰ ਏਰੀਆ ਚੋਂ ਕੱਢਿਆ ਹੋਇਆ ਆਹ ਹੈ ਡਿਫੈਂਸ ਮੰਤ ਜਿੱਥੋਂ ਆਪਾਂ ਜਾ ਰਹੇ ਹਾਂ ਇਹ ਤੋਂ ਅਗਲੇ ਕੋਈ 1 ਕਿਲੋਮੀਟਰ ਤੇ ਪਾਕਿਸਤਾਨ ਹੈ ਆਹ ਤਾਰਾਂ ਲੱਗੀਆਂ ਹੋਈਆਂ ਨੇ ਨਾਲ ਮੋਰਚੇ ਬਣੇ ਇੱਥੇ ਇਹ ਮੋਰਚੇ ਬਣੇ ਸਭ ਕੋਲ ਕਿ ਸਮਝ ਨਹੀਂ ਆਉਂਦੀ ਇਸ ਬਾਦਲ ਨੂੰ ਕਿ ਲੋਕਾਂ ਦੀ ਦੇਖਭਾਲ ਵੀ ਕਰਨੀ ਹੈ ਲੋਕਾਂ ਦਾ ਭਵਿੱਖ ਵੀ ਤੁਸੀਂ ਦੇਖਣਾ ਹੈ ਸਿਰਫ ਆਪਣੀ ਸਿਆਸਤ ਤੁਸੀਂ ਦੇਖੀ ਜਾਂਦੇ ਹੋ ਇਹ ਵੀ ਦੇਖੀ ਜਾਂਦਾ ਹੈ ਔਰ ਮੋਦੀ ਤਾਂ ਕਿ ਉਹਦਾ ਅਸਰ ਕੋਈ ਯੂਪੀ ਦੇ ਵਿੱਚ ਪੈ ਜੇ ਆਪਣੇ ਕਮਿਊਨਲ ਪੋਲਰਾਈਜ਼ੇਸ਼ਨ ਲੋਕਾਂ ਨੂੰ ਆਪਣੇ ਮਜਮਾ ਦੇ ਨਾਲ ਤੁਸੀਂ ਉਹਨਾਂ ਨੂੰ ਜੋੜਿਆ ਜਾਓ ਇਹ ਕੀ ਤਰੀਕਾ ਹੈ ਕੰਮ ਕਰਨ ਦਾ